92 ਸੀਟਾਂ ਤੋਂ 92 ਸੀਟਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਆ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਕੰਮ ਕਰੇਗੀ ਦੇਖੋ 92 ਸੀਟਾਂ ਜਿੱਤੇ ਤੇ ਹੁਣ ਜਿੱਤ ਕੇ ਦਿਖਾਵੇ ਨਾ ਕੋਈ ਪਾਰਟੀ ਜਾਂ ਮੈਂ ਦੇਖੋ ਮੈਰੀ ਕੋ ਲੜਾਈ ਨਹੀਂ ਕਿਸੇ ਪਾਰਟੀ ਨਾਲ ਮੈਂ ਗਰੀਬੀ ਕਰਕੇ ਰੋ ਰਿਆ ਉਹ ਸਾਡੇ ਗਰੀਬ ਮਰ ਗਏ ਓਏ ਸਾਡੇ ਮੈਂ ਤਾਂ ਸਮਾਜ ਨੂੰ ਰੋਣਾ ਪਿਆ ਵੀ ਤੁਸੀਂ ਭਰਾਵਾ ਤੁਸੀਂ ਪੜੇ ਲਿਖਿਓ ਤੁਸੀਂ ਜਿਹੜੀ ਨਾ ਡਾਕਟਰ 바ਵਾ ਮੇਦਕਾ ਸਾਹਿਬ ਨੇ ਮਨੁਵਾਦੀ ਕਰਾਬ ਲਿਖੀ ਹੈ ਉਹਨੂੰ ਪੜੋ ਉਹਦੇ ਵਿੱਚ ਦੇਖੋ ਤੁਹਾਡੇ ਕੀ ਰੂਲ ਆ ਡਾਕਟਰ ਸਾਹਿਬ ਬਾਬਾ ਸਾਹਿਬ ਕਹਿ ਗਏ ਸੀਗੇ ਪੜੋ ਲਿਖੋ ਅੱਗੇ ਵਧੋ ਉਹ ਸਾਡੇ ਬੰਦੇ ਪੜ੍ਹਨੇ ਕੀ ਆ ਸਾਡੇ ਦੇ ਨਾਮੁਨਿਸ਼ਾਨ ਮਿੱਟੀ ਕਰ ਜਾਂਦੇ ਪਏ ਇਹ ਮੈਂ ਹੀ ਮੈਂ ਮੈਂ ਹੀ ਮੈਂ ਕਰ ਜਾਂਦੇ ਪਿਆ ਸਾਡਾ ਕਿਤੇ ਰੋਲਾ ਨਹੀਂਗਾ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਇੱਕ ਬੰਦਾ ਐਤ ਕੀ ਇਲੈਕਸ਼ਨ ਤੇ ਉੜਜੋ ਫਿਰ ਕਿਉਂ ਆ ਵੋਟਾਂ ਨਹੀਂ ਪੈਂਦੀਆਂ ਐਤ ਕੀ ਹਿੰਦੁਸਤਾਨ ਨੂੰ ਪਤਾ ਲੱਗ ਜਾਏ ਪੰਜਾਬ ਜਾਗ ਗਿਆ ਵਾ ਇਹ ਕੱਲਾ ਕੱਲਾ ਜਿਹੜਾ ਮਤਲਬ ਕਿ ਸਟੂਲ ਕਾਸਟ ਬਰਾਦਰੀ ਸਮਾਜ ਮੇਰਾ ਵੀਰ ਮੇਰਾ ਭਰਾ ਵਾ ਸਾਰੇ ਸਪੋਰਟ ਮੈਂ ਕਰੂੰਗਾ ਮੈਂ ਕਹਿੰਦਾ ਪੈਸੇ ਕਿੱਥੋਂ ਆਉਂਦੇ ਨੇ ਫਿਰ ਦੇਖੋ 5000 ਰੁਪਏ ਖਰਚ ਕਰਕੇ ਹਮ ਬਾਕੀ ਤੇ ਦੇਖੋ ਜੇ ਤੁਸੀਂ ਸਾਰੇ ਦਾ ਇੰਟਰਵਿਊ ਕਰੋਗੇ ਸਰਕਾਰ ਇਹ ਕਹਿੰਦੀ ਵੀ ਸਾਰਿਆਂ ਦਾ ਇੰਟਰਵਿਊ ਕਰੋ ਠੀਕ ਹੈ ਜੀ ਉਹ ਦਲਿਤ ਸਮਾਜ ਦੇ ਜਿਹੜੇ ਸਾਡੇ ਬੰਦੇ ਖੜੇ ਹੋਣਗੇ ਅੱਜ ਉਹਨਾਂ ਦਾ ਨਾਮ ਹੋਊਗਾ ਕੱਲ ਪਾਰਟੀਆਂ ਉਹਦੇ ਪੈਰ ਫੜਨਗੀਆਂ ਜਿੱਦਾਂ ਅੱਜ ਮੇਰੇ ਪੈਰ ਫੜਦਿਆਂ ਵੱਡੇ ਵੱਡੇ ਲੀਡਰਾਂ ਦੇ ਮੈਨੂੰ ਫੋਨ ਆਉਂਦੇ ਅਸੀਂ ਤੁਹਾਨੂੰ ਕਿਤੇ ਕਿਤੇ ਫੋਨ ਵਾਲੇ ਔਨ ਕੈਮਰਾ ਦੱਸ ਸਕਦੇ ਹੋ ਜੀ ਮੈਂ ਤੁਹਾਨੂੰ ਨਾਮ ਨਹੀਂ ਦੱਸ ਸਕਦਾ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਹੀ ਨਹੀਂਗਾ ਪਹਿਲੀ ਗੱਲ ਤੇ ਦਰਸ਼ਕ ਕਿੱਦਾਂ ਸਮਝਣਗੇ ਕਿ ਨੀਡੂ ਜੀ ਸੱਚ ਬੋ ਅਰ ਮੈਂ ਜੇ ਤੇਰਾ ਸੀਮਾ ਬਦਲੀਆਂ ਕੀ ਗਾਲਾਂ ਕੱਢਦੇ ਲੋਕ ਤਾਂ ਬਦਲੀਆਂ ਉਹ ਕਹਿੰਦੇ ਜੀ ਪਾਰਟੀ ਚ ਜਾਓ ਜੀ ਅਸੀਂ ਪਾਰਟੀ ਕਿਉਂ ਸਾਡੇ ਗਰੀਬਾਂ ਨੂੰ ਕੀ ਦਿੱਤਾ ਇੱਕ ਨਾ ਨੇ ਜਿਹੜੇ ਪੰਜਾਬ ਪੁਲਿਸ ਦੇ ਵਿਚਾਰੇ ਪੇਪਰ ਦਿੱਤੇ ਬੰਦਿਆਂ ਨੇ ਕਈ ਕੁੜੀਆਂ ਨੂੰ ਦਿੱਤੇ ਕਈ ਰਾਤਾਂ ਕਿੱਥੇ ਸੜਕ ਦੇ ਕੱਟੇ ਕਿਤੇ ਟਰੱਕ ਸੁੱਤਾ ਕੋਈ ਬੱਸ ਸੁੱਤਾ ਉਹਨਾਂ ਨੂੰ ਨੌਕਰੀ ਦਿੱਤੀ ਨੇ ਇਹ ਜਿਹੜੇ ਸੀਗੇ ਆਪਣੇ ਆ ਚੰਨੀ ਸਾਹ ਉਹ ਵੀ ਲਾਰੇ ਲਾ ਕੇ ਚੱਲ ਗਏ ਠੀਕ ਹੈ ਜੀ ਜਿਹੜੇ ਕੈਪਟਨ ਸਾਹਿਬ ਤੋਂ ਤੇ ਹੈ ਹੀ ਧੋਖੇਬਾਜ਼ ਸੀਗੇ ਹੈ ਇਸ ਤਰ੍ਹਾਂ ਸਰ ਬੇਈਮਾਨ ਸੀਗੇ ਉਹ ਕਿਦਾਂ ਦੇਖੋ ਉਹਨਾਂ ਨੇ ਕਿਹਾ ਸੀ ਹਰ ਘਰ ਕਰ ਦੇ ਨੌਕਰੀ ਗੁੱਟਕਾ ਸਾਫ ਫੜ ਕੇ ਉਹਨਾਂ ਨੇ ਕਸਮ ਖਾਦੀ ਸੀ ਉਹ ਸਾਰਾ ਕੁਝ ਇਹ ਲੀਡਰਾਂ ਨੇ ਨਾ ਸਮੇਟ ਕੇ ਰੱਖਤਾ ਦੇਸ਼ ਨੂੰ ਇਹ ਦੇਖੋ ਅੱਜ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਅੱਜ ਸਾਰੇ ਦੇਸ਼ ਤੇ ਰੋ ਰਿਹਾ ਅੱਜ ਇਹਨਾਂ ਨੂੰ ਯਾਰ ਅੱਜ ਅਸੀਂ ਨਹੀਂ ਬੋਲਾਂਗੇ ਤੇ ਕੱਲ ਕੌਣ ਬੋਲੂਗਾ ਯਾਰ ਕੌਣ ਕਰੂਗਾ ਆ ਵੋਟਾਂ ਲੈ ਲਈਆਂ ਨੇ ਹੁਣ ਆ ਜਾਣਾ 92 ਸੀਟਾਂ ਤੋਂ 92 ਸੀਟਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਆ ਕੀ ਦੇਖੋ 92 ਸੀਟਾਂ ਜਿੱਤੇ ਤੇ ਹੁਣ ਜਿੱਤ ਕੇ ਦਿਖਾਵੇ ਨਾ ਕੋਈ ਪਾਰਟੀ ਜਾਂ ਮੈਂ ਦੇਖੋ ਮੇਰੀ ਕੋਈ ਲੜਾਈ ਨਹੀਂ ਕਿਸੇ ਪਾਰਟੀ ਨਾਲ ਮੈਂ ਗਰੀਬੀ ਕਰਕੇ ਰੋ ਰਿਆ ਉਹ ਸਾਡੇ ਗਰੀਬ ਮਰ ਗਏ ਓਏ ਸਾਡੇ ਮੈਂ ਤਾਂ ਸਮਾਜ ਨੂੰ ਰੋਣਾ ਪਿਆ ਵੀ ਤੁਸੀਂ ਭਰਾਵਾ ਤੁਸੀਂ ਪੜੇ ਲਿਖਿਓ ਤੁਸੀਂ ਜਿਹੜੀ ਨਾ ਡਾਕਟਰ 바ਵਾ ਮੇਦਕਾ ਸਾਹਿਬ ਨੇ ਮਨਵਾਦੀ ਖਰਾਬ ਲਿਖੀ ਹੈ ਉਹਨੂੰ ਪੜੋ ਉਹਦੇ ਵਿੱਚ ਦੇਖੋ ਤੁਹਾਡੇ ਕੀ ਰੂਲ ਆ ਡਾਕਟਰ ਸਾਹਿਬ 바ਵਾ ਸਾਹਿਬ ਕਹਿ ਗਏ ਸੀਗੇ ਪੜੋ ਲਿਖੋ ਅੱਗੇ ਵਧੋ ਉਹ ਸਾਡੇ ਬੰਦੇ ਪੜ੍ਹਨੇ ਕੀ ਆ ਸਾਡੇ ਨਾਮੁ ਨਿਸ਼ਾਨ ਮਿੱਟੀ ਕਰ ਜਾਂਦੇ ਪਏ ਇਹ ਮੈਂ ਹੀ ਮੈਂ ਮੈਂ ਹੀ ਮੈਂ ਕਰੀ ਜਾਂਦੇ ਪਿਆ ਸਾਡਾ ਕਿਤੇ ਰੋਲਾ ਨਹੀਂਗਾ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇੱਕ ਇੱਕ ਬੰਦਾ ਐਤ ਕੀ ਇਲੈਕਸ਼ਨ ਤੇ ਉੜਜੋ ਫਿਰ ਕੀ ਹੋਇਆ ਵੋਟਾਂ ਨਹੀਂ ਪੈਂਦੀਆਂ ਐਤ ਕੀ ਹਿੰਦੁਸਤਾਨ ਨੂੰ ਪਤਾ ਲੱਗ ਜਾਏ ਪੰਜਾਬ ਜਾਗ ਗਿਆ ਵਾ ਇਹ ਕੱਲਾ ਕੱਲਾ ਜਿਹੜਾ ਮਤਲਬ ਕਿ ਸਟੂਲ ਕਾਸਟ ਬਰਾਦਰੀ ਸਮਾਜ ਮੇਰਾ ਵੀਰ ਮੇਰਾ ਭਰਾ ਵਾ ਸਾਰੇ ਸਪੋਰਟ ਮੈਂ ਕਰੂੰਗਾ ਮੈਂ ਕਹਿੰਦਾ ਮ ਪੈਸੇ ਕਿੱਥੋਂ ਆਉਂਦੇ ਨੇ ਫਿਰ ਦੇਖੋ 5000 ਰੁਪਏ ਖਰਚ ਕਰਕੇ ਬਾਕੀ ਤੇ ਦੇਖੋ ਜੇ ਤੁਸੀਂ ਸਾਰੇ ਇੰਟਰਵਿਊ ਕਰੋਗੇ ਸਰਕਾਰ ਇਹ ਕਹਿੰਦੀ ਵੀ ਸਾਰਿਆਂ ਦੀ ਇੰਟਰਵਿਊ ਕਰੋ ਠੀਕ ਹੈ ਜੀ ਉਹ ਦਲਿਤ ਸਮਾਜ ਦੇ ਜਿਹੜੇ ਸਾਡੇ ਬੰਦੇ ਖੜੇ ਹੋਣਗੇ ਅੱਜ ਉਹਨਾਂ ਦਾ ਨਾਮ ਹੋਊਗਾ ਕੱਲ ਪਾਰਟੀਆਂ ਉਹਦੇ ਪੈਰ ਫੜਨਗੀਆਂ ਜਿੱਦਾਂ ਅੱਜ ਮੇਰੇ ਪੈਰ ਫੜਦਿਆਂ ਵੱਡੇ ਵੱਡੇ ਲੀਡਰਾਂ ਦੇ ਮੈਨੂੰ ਫੋਨ ਆਉਂਦੇ ਆ ਸੀ ਤੁਹਾਨੂੰ ਕਿਤੇ ਕਿਤੇ ਫੋਨਾਂ 'ਉਲੀ ਆਨ ਕੈਮਰਾ ਦੱਸ ਸਕਦੇ ਹੋ ਕੋਜੀ ਮੈਂ ਤਾਂ ਨਾਮ ਨਹੀਂ ਦੱਸ ਸਕਦਾ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਹੀ ਨਹੀਂਗਾ ਪਹਿਲੀ ਗੱਲ ਤੇ ਦਰਸ਼ਕ ਕਿੱਦਾਂ ਸਮਝਣਗੇ ਕਿ ਇਹ ਨੀਡਰ ਜੀ ਸੱਚ ਬੋਲ ਰਿ ਅਰ ਮੈਂ ਜੇ ਤੇਰਾ ਸੀਮਾ ਬਦਲੀਆਂ ਕੀ ਗਾਲਾਂ ਕੱਢਦੇ ਲੋਕ ਤਾਂ ਬਦਲੀਆਂ ਉਹ ਕਹਿੰਦੇ ਜੀ ਪਾਰਟੀ ਜਾਓ ਜੀ ਅਸੀਂ ਪਾਰਟੀ ਕਿਉਂ ਸਾਡੇ ਗਰੀਬਾਂ ਨੂੰ ਕੀ ਦਿੱਤਾ ਇੱਕ ਨਾ ਨੇ ਜਿਹੜੇ ਪੰਜਾਬ ਪੁਲਿਸ ਦੇ ਵਿਚਾਰੇ ਪੇਪਰ ਦਿੱਤੇ ਬੰਦਿਆਂ ਨੇ ਕਈ ਕੁੜੀਆਂ ਨੇ ਦਿੱਤੇ ਕਈ ਰਾਤਾਂ ਕਿੱਥੇ ਸੜਕ ਦੇ ਖੱਟੇ ਕਿ ਤਰੱਕੇ ਸੁੱਤਾ ਕੋਈ ਬੱਸ ਸੁੱਤਾ ਉਹਨਾਂ ਨੂੰ ਨੌਕਰੀ ਦਿੱਤੀ ਨੇ ਇਹ ਜਿਹੜੇ ਸੀਗੇ ਆਪਣੇ ਜਾ ਨਿਸਾਬ ਉਹ ਵੀ ਲਾਰੇ ਲਾ ਕੇ ਚੱਲ ਗਏ ਠੀਕ ਹੈ ਜੀ ਜੇ ਕੈਪਟਨ ਸਾਹਿਬ ਤੋਂ ਤੇ ਹੈ ਹੀ ਧੋਖੇ ਬਾਸ ਸੀਗੇ ਹੈ ਇਸ ਤਰ੍ਹਾਂ ਸਰ ਬੇਈਮਾਨ ਸੀਗੇ ਉਹ ਕਿਦਾਂ ਦੇਖੋ ਉਹਨਾਂ ਨੇ ਕਿਹਾ ਸੀ ਹਰ ਘਰ ਕਰ ਦੇ ਨੌਕਰੀ ਗੁੱਟਕਾ ਸਾਫ ਫੜ ਕੇ ਉਹਨਾਂ ਨੇ ਕਸਮ ਖਾਦੀ ਸੀ ਉਹ ਸਾਰਾ ਕੁਝ ਇਹ ਲੀਡਰਾਂ ਨੇ ਨਾ ਸਮੇਟ ਕੇ ਰੱਖਤਾ ਦੇਸ਼ ਨੂੰ ਇਹ ਦੇਖੋ ਅੱਜ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਅੱਜ ਸਾਰੇ ਦੇਸ਼ ਤੇ ਰੋ ਰਿਹਾ ਅੱਜ ਇਹਨਾਂ ਨੂੰ ਯਾਰ ਅੱਜ ਅਸੀਂ ਨਹੀਂ ਬੋਲਾਂਗੇ ਤੇ ਕੱਲ ਕੌਣ ਬੋਲੂਗਾ ਯਾਰ ਕੌਣ ਕਰੂਗਾ ਆ ਵੋਟਾਂ ਲੈ ਲਈਆਂ ਨੇ ਹੁਣ ਆ ਜਾਣਾ